ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਫਤਿਹ ਹਰਮੀਤ ਸਿੰਘ ਹੁਣਾਂ ਦਾ। ਜਿੰਨੀ ਆਸ ਸੀਗੀ ਉਸ ਤੋਂ ਬਹੁਤ ਬਿਹਤਰ ਉਹਨਾਂ ਨੇ ਇਸ ਮਸਲੇ 'ਤੇ ਆਪਣੇ ਵਿਚਾਰ ਰੱਖੇ। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਸਿਕੰਦਰ ਸਿੰਘ ਹੁਣਾਂ ਨੂੰ, ਜਿਹੜੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਨੇ, ਅਤੇ ਵਿਸ਼ਾ ਉਹਨਾਂ ਦਾ ਹੈਗਾ ਕਿ ਸਿੱਖ ਜਾਂ ਸਿੱਖਾਂ ਵਰਗੀਆਂ ਹੋਰ ਜਿਹੜੀਆਂ ਸੰਘਰਸ਼ ਵਾਲੀਆਂ ਧਿਰਾਂ ਨੇ ਉਹਨਾਂ ਦੇ ਨੁਕਤਾ ਨਜ਼ਰ ਤੋਂ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਚੰਗੇ ਜਾਂ ਮਾੜੇ ਪੱਖ, ਉਹਨਾਂ ਦੀ ਪੜਚੋਲ ਇਹ ਸਾਡੇ ਨਾਲ ਆਪਣੀ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਚ 'ਤੇ ਬਿਰਾਜਮਾਨ ਅਤੇ ਸਾਹਮਣੇ ਬੈਠੇ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਮ੍ਹਾਂ ਨਵਾਂ ਮਸਲਾ ਜਿਹਦੇ 'ਤੇ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਸਮਾਜਿਕ ਬਣਤਰ ਹੈ ਇਹਦੇ ਵਿੱਚ ਤਿੰਨ ਚੀਜ਼ਾਂ ਮੈਨੂੰ ਲੱਗਦਾ ਮੁੱਖ ਨੇ, ਮੈਨੂੰ ਕੀ ਸਾਰਿਆਂ ਨੂੰ ਇਹ ਲੱਗਦਾ, ਅਤੇ ਇੱਕ ਵਿਚਾਰ, ਇੱਕ ਪਦਾਰਥ ਅਤੇ ਇੱਕ ਗਤੀ ਜਿਹਦੇ ਵਿੱਚ ਆਪਾਂ ਬੰਦੇ ਦਾ ਕਰਮ ਜਾਂ ਐਕਸ਼ਨ ਜੋ ਆਪਾਂ ਕਰਦੇ ਹਾਂ। ਅਤੇ ਸੋਸ਼ਲ ਮੀਡੀਆ ਜਿਹੜਾ ਉਹ ਵਿਚਾਰ ਵਾਲੇ ਖੇਤਰ ਨਾਲ, ਆਈਡੀਆ ਵਾਲੇ ਖੇਤਰ ਨਾਲ, ਇਨਫੋਰਮੇਸ਼ਨ ਵਾਲੇ ਖੇਤਰ ਨਾਲ ਸੰਬੰਧਿਤ ਹੈ, ਅਤੇ ਜਿਹੜਾ ਬੰਦਾ ਹੈ, ਬੰਦੇ ਦਾ ਕਰਮ, ਬੰਦੇ ਦੀ ਗਤੀ, ਉਹ ਪਦਾਰਥ ਅਤੇ ਇਨਫੋਰਮੇਸ਼ਨ ਦੇ ਗੱਭੇ ਆ, ਉਹ ਦੋਵਾਂ 'ਚ ਉਹਨੂੰ ਕੋਈ ਵੀ ਵੱਧ ਕਈ ਵਾਰੀ ਪ੍ਰਭਾਵਿਤ ਕਰ ਜਾਂਦਾ। ਅਤੇ ਸੋਸ਼ਲ ਮੀਡੀਆ ਵਿਚਾਰ ਨਾਲ ਸੰਬੰਧਿਤ ਹੋਣ ਕਰਕੇ ਬੰਦੇ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ, ਬਹੁਤ ਤੇਜ਼ੀ ਨਾਲ ਪ੍ਰਭਾਵਿਤ ਕਰ ਰਿਹਾ। ਇਹਦਾ ਹੁਣ ਰਿਵਾਜ਼ ਕਿੰਨਾ, ਇਹਦੀ ਚੜ੍ਹਾਈ ਕਿੰਨੀ ਹੈ, ਇੱਕ ਕਿਤਾਬ ਬੰਦੇ ਨੇ ਲਿਖੀ ਸੋਸ਼ਲ ਮੀਡੀਆ ਫਾਰ ਅਕੈਡਮਿਕਸ, ਉਹਦੀ ਭੂਮਿਕਾ ਵਿੱਚ ਉਹ ਕਹਿੰਦਾ ਵੀ ਮੇਰੇ ਚਾਚੇ ਦਾ, ਤਾਏ ਦਾ ਮੁੰਡਾ, ਯਾਨੀ ਉਹਦਾ ਕਜ਼ਨ, ਕਹਿੰਦਾ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੜ੍ਹਦਾ, ਉਹ ਕਹਿੰਦਾ ਮੈਨੂੰ ਕਹਿੰਦਾ ਵੀ ਈਮੇਲ ਇਜ਼ ਫਾਰ ਓਲਡ ਪੀਪਲ, ਵੀ ਜਿਹੜੀ ਈਮੇਲ ਹੈ ਇਹ ਇੰਨੀ ਪੁਰਾਣੀ ਹੋ ਚੁੱਕੀ ਹੈ, ਇਹ ਹੁਣ ਬੁੱਢੇ ਬੰਦਿਆਂ ਖਾਤਰ ਰਹਿ ਗਈ, ਵੀ ਬਿਲਕੁਲ ਬਦਲ ਗਿਆ। ਜਦਕਿ ਮੈਂ ਮੰਨ ਲਓ ਈਮੇਲ ਹੁਣ ਤੋਂ ਸਿਰਫ 10 ਸਾਲ ਪਹਿਲਾਂ ਹੀ ਵਰਤਣੀ ਸ਼ੁਰੂ ਕੀਤੀ ਸੀ। ਇਹ ਕਿਤਾਬ 2012 ਦੇ ਵਿੱਚ ਇਹ ਕਹਿ ਰਹੀ ਹੈ ਵੀ ਸੋਸ਼ਲ ਮੀਡੀਆ ਇੰਨਾ ਅੱਗੇ ਆ ਗਿਆ, ਈਮੇਲ ਨੂੰ ਵੀ ਉਹ ਪਿੱਛੇ ਛੱਡ ਗਿਆ। ਸੋਸ਼ਲ ਮੀਡੀਆ ਦੇ ਬਾਰੇ ਜਿਹੜੀ ਮੇਰੀ ਗੱਲ ਹੈ, ਉਹ ਇਹਦੇ ਚੰਗੇ ਜਾਂ ਮਤਲਬ ਨਾ ਚੰਗੇ ਜਿਹੜੇ ਪੱਖ ਨੇ, ਜਿਹੜੇ ਸਾਡੇ ਨੁਕਤੇ ਤੋਂ, ਖਾਸ ਕਰ ਸਿੱਖਾਂ ਦੇ ਜਾਂ ਸਿੱਖਾਂ ਵਰਗੇ ਹੋਰਾਂ ਦੇ ਨੁਕਤੇ ਤੋਂ, ਉਹਦੇ ਨੁਕਤੇ ਤੋਂ ਗੱਲ ਕਰਨੀ ਆ। ਪਹਿਲੀ ਗੱਲ ਤਾਂ ਇਹ ਵੀ ਇਹਦਾ ਚੰਗੇ ਪੱਖ ਗਿਣ ਲਈਏ। ਪਹਿਲਾ ਚੰਗਾ ਪੱਖ ਤਾਂ ਇਹਦਾ ਸਭ ਤੋਂ ਅਹਿਮ ਹੈ, ਜਿਹੜਾ ਖਾਸ ਕਰ ਅਸੀਂ ਅਕੈਡਮਿਕਸ ਵਾਲੇ ਵੀ ਜਾਣਦੇ ਕਰਦੇ ਹਾਂ, ਉਹ ਸ਼ੇਅਰਿੰਗ ਦਾ ਹੀ ਆ। ਤੁਸੀਂ ਤੁਹਾਡੇ ਵਿਚਾਰ, ਖਿਆਲ ਦੁਨੀਆ ਭਰ ਵਿੱਚ ਸ਼ੇਅਰ ਕਰ ਸਕਦੇ ਹੋ, ਤੁਸੀਂ ਇਨਫੋਰਮੇਸ਼ਨ, ਜਿਵੇਂ ਹੁਣ ਪਹਿਲਾਂ ਜਾਣਾ ਹੁੰਦਾ ਸੀ ਕਿਤੋਂ, ਕਿਤਾਬ ਲੱਭਣੀ ਪੈਂਦੀ, ਕਿੰਨਾ ਔਖਾ ਹੋਣਾ ਪੈਂਦਾ ਸੀ, ਅਤੇ ਹੁਣ ਤੁਹਾਡੇ ਕੋਲ ਹਰ ਵੇਲੇ ਸਮੁੰਦਰੋਂ ਪਾਰ ਸਦਾ, ਅਤੇ ਕਿੰਨੀ ਐਕਸੈਸ ਹੈ, ਅਤੇ ਕਿੰਨੀਆਂ ਜਿਹੜੀਆਂ ਸਾਈਟਾਂ ਨੇ ਜਿਹੜੀਆਂ ਵਧੀਆ ਨੇ, ਜਿਨ੍ਹਾਂ ਦਾ ਡਾਟਾ ਪ੍ਰਮਾਣਿਕ ਹੈ, ਉਹ ਵਰਤ ਸਕਦੇ ਹੋ। ਇਹਦੇ ਨਾਲ ਇੱਕ ਦਿੱਕਤ ਆਈ ਆ ਵੀ ਤੁਹਾਡੀ ਪਛਾਣ ਕਰਨ ਦੀ, ਵੀ ਤੁਸੀਂ ਕੀ ਪਛਾਣ ਕਰੋ, ਡਾਟਾ ਚੰਗਾ ਕਿ ਮਾੜਾ, ਸਹੀ ਹੈ ਗਲਤ ਹੈ, ਪਰ ਫਿਰ ਵੀ ਮਤਲਬ ਐਕਸੈਸ ਬਹੁਤ ਵੱਧ ਗਈ, ਪਹਿਲਾਂ ਤਾਂ ਇਹ ਹੈ। ਅਤੇ ਦੂਜਾ ਜਿਹੜਾ ਸਿੱਖਾਂ ਦਾ ਜਾਂ ਸਿੱਖਾਂ ਵਰਗੇ ਹੋਰਾਂ ਦਾ ਨੁਕਤੇ ਤੋਂ ਹੈ, ਉਹ ਇਹ ਹੈ ਵੀ ਜਿਹੜਾ ਪਹਿਲਾਂ ਮੀਡੀਆ ਸੈਟਅਪ ਸੀ ਹਿੰਦੁਸਤਾਨ ਦਾ, ਮੀਡੀਆ ਸੈਟਅਪ ਦੇ ਵਿੱਚ ਦਲਿਤ ਨੂੰ ਜਾਂ ਘੱਟ ਗਿਣਤੀਆਂ ਨੂੰ ਬਹੁਤ ਘੱਟ ਸਪੇਸ ਸੀ। ਹੁਣ ਤੁਸੀਂ ਹਿੰਦੁਸਤਾਨ ਦੀਆਂ ਫਿਲਮਾਂ ਲਾ ਲਓ, ਟੈਲੀਵਿਜ਼ਨ ਲਾ ਲਓ, ਖਬਰਾਂ ਵਾਲੇ ਚੈਨਲ ਵਗੈਰਾ ਲਾ ਲਓ, ਰੇਡੀਓ ਲਾ ਲਓ, ਉਹਦੇ ਵਿੱਚ ਬਹੁਤ ਘੱਟ ਸਪੇਸ ਸੀ। ਹੁਣ ਦਲਿਤ ਹਿੰਦੁਸਤਾਨ ਵਿੱਚ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਪਾਵਰ ਤੋਂ ਬਾਹਰ ਰਹੇ, ਕਿਉਂਕਿ ਮੀਡੀਆ ਰਾਹੀਂ ਉਹਨਾਂ ਨੇ ਉਹ ਜਿਹੜਾ ਸਾਰਾ ਢਾਂਚਾ ਹੈ, ਜੋ ਇੱਥੇ ਦਾ ਮੂਲ ਅਲੀਟ ਹੈ ਜਾਂ ਜਿਹੜੀ ਕਾਬਜ਼ ਜਮਾਤ ਹੈ, ਉਸ ਨੇ ਆਪਣੇ ਆਪ ਆਪਣੇ ਹੱਥ ਵਿੱਚ ਕੀਤਾ ਹੋਇਆ। ਤੁਸੀਂ ਹੁਣ ਜਿਹੋ ਜਿਹੇ ਆਪਾਂ ਸਿੱਖ ਹਾਂ, ਇੱਕ ਆਪਾਂ ਹੈ, ਅਤੇ ਇੱਕ ਆਪਣੀ ਪੇਸ਼ਕਾਰੀ ਫਿਲਮਾਂ ਵਿੱਚ ਕਿਸ ਤਰ੍ਹਾਂ ਹੁੰਦੀ ਰਹੀ ਹੈ, ਇਸ ਗੱਲ ਤੋਂ, ਇਸ ਮਸਲੇ ਤੋਂ ਹੀ ਤੁਸੀਂ ਲਾ ਸਕਦੇ ਹੋ ਵੀ ਸੋਸ਼ਲ ਮੀਡੀਆ ਨਾਲ ਇਹ ਫਰਕ ਜ਼ਰੂਰ ਪਿਆ, ਜਿਹੜਾ ਮਹੱਤਵਪੂਰਨ ਫਰਕ ਹੈ, ਜਿਹੜਾ ਹਾਂ ਪੱਖੀ ਹੈ, ਵੀ ਜਿਹੜੇ ਦਲਿਤ ਨੇ, ਘੱਟ ਗਿਣਤੀਆਂ ਨੇ, ਜਾਂ ਜਿਹੜੇ ਖੂੰਜਿਆਂ 'ਤੇ ਬੈਠੇ ਨੇ, ਕਿਨਾਰਿਆਂ 'ਤੇ ਬੈਠੇ ਨੇ, ਉਹ ਕੇਂਦਰ ਵਿੱਚ ਆਏ ਨੇ, ਜਿਵੇਂ ਮੁਸਲਮਾਨ ਹੋ ਗਏ, ਦਰਾਵੜ ਹੋ ਗਏ, ਇਹਨਾਂ ਨਾਲ, ਅਤੇ ਉਹ ਕਿਤੇ ਕਿਤੇ ਜਿੱਥੇ ਕਿਤੇ ਉਹ ਆਪਣੇ ਆਪ ਲਾਮਬੰਦੀ ਕਰ ਜਾਂਦੇ ਸੀ ਉੱਥੇ ਜਿੱਤ ਜਾਂਦੇ ਸੀ, ਜਿੱਥੇ ਉਹਨਾਂ ਤੋਂ ਲਾਮਬੰਦੀ ਨਹੀਂ ਹੁੰਦੀ ਸੀ ਉੱਥੇ ਉਹ ਨਹੀਂ ਜਿੱਤ ਸਕਦੇ ਸੀ, ਬੇਸ਼ੱਕ ਬਹੁ ਗਿਣਤੀ ਵੀ ਹੁੰਦੇ ਸੀ। ਇੱਕ ਏਰਾ ਮਾਇਆਵਤੀ ਨੇ ਖੁਦ ਕਿਹਾ ਮੀਡੀਆ ਵਾਲਿਆਂ ਨੂੰ, ਮਾਇਆਵਤੀ ਨੇ ਮੀਡੀਆ ਇੰਟਰਵਿਊਆਂ ਨਹੀਂ ਦਿੱਤੀਆਂ, ਮੀਡੀਆ ਇੰਟਰਵਿਊਆਂ ਨਾ ਦੇਣ ਦੇ ਬਾਵਜੂਦ ਵੀ ਉਹ ਜਿੱਤ ਗਈ।
उन्हें उन्होंने कहा मीडिया वालों कहती मैनू पता भी तुसी इन्ने औखे क्यों तुसी इन्ने औखे तां ही हो भी मैं तुहानू इंटरव्यूआं दित्ते बिना जित गई हुण मीडिया हिंदुस्तान दे विच भी किसनू जिताउणा किसनू हराउणा ये कम करदा सी ते हुण भी करदा अपने नरेंद्र मोदी वालियां जिहड़ियां चोणां सी 2014 वालियां किन्नियां किन्ना असरदार रहा उस मामले विच मीडिया तां इस नुक्ते तो जदों असीं देख सकते हां तां इह जिहड़ियां घट गिणतियां ने जां जो भी इन्हां वर्गे है वह केंद्र विच आए ने ते फिर अगली गल ये भी सोशल मीडिया ने फैडरलिज़म बारे गल करन दी नेशन दे एंटी नेशनलिज़म गल करन दी जां अपनियां लघु पछाणां दा प्रचार करन दी जां लिंग्विस्टिक एम्पीरियलिज़म दे खिलाफ लड़न दी ये एक स्पेस जरूर बनाई है ये बन भी रही है जिहदे ते आपां पहलां एक सैमीनार कीता सी उहदे विच वखो वखरी थावां तों बंदे आए ते उन्हां ने वड्डियां गल्लां करियां ते वह भी आपो अपने इलाकों में जिहड़ी हिंदी इंपीरियलिज्म है वो खिलाफ़ लड़ रहे हैं और वह बहुता सोशल मीडिया राही ही लड़ रहे हैं सोशल मीडिया तो बिना जिहड़ी उन्हां दी लड़ाई है वह मतलब उन्हूं बाल ही थां नहीं है। तीजा जिहड़ा अपने पंजाब वालियां दे मामले में महत्वपूर्ण पक्ष है भी ये वखो वख बैठियां नूं इकट्ठे करन वाला एक तो चलो सानूं साडे बाहरले देश वालियां नाल जोड़ता चल बाहरले देश वाले तो साडे कोल साल छमाही कितें आ ही जांदे हुंदे सी हिंदुस्तान च अपने पंजाब च मिलन आपां नूं पर जिहड़ा मैनूं सब तो महत्वपूर्ण पक्ष लगता भी जिहड़ा साडा लहिंदा पंजाब है सोशल मीडिया राही असीं उन्हां नाल जुड़ गए हुण मेरे नहीं मैं कदे भी नहीं उन्हां नूं मिल सकना सी ते मेरे हुण कई मित्र ने सोशल मीडिया ते जिहड़े लहिंदे पंजाब दे ने हुण लहिंदे पंजाब नाल साडा राबता बनना साडा नाता बनना सियासत दे नुक्ता निगाह तों सभ्याचार दे नुक्ता निगाह तों भाषा दे नुक्ता निगाह तों किन्ना महत्वपूर्ण है इहदा अंदाज़ा लाउणा अजे मतलब बाकी है ते ए साडे लई जिहड़ी ये बहुत महत्वपूर्ण गल है उंज भी जिहड़े सवाल्टन लोग हुंदे ने जां जिहड़े अधीन लोग हुंदे ने महकूम कह लो उन्हां दा वड्डा गुनाह जां वड्डा औगण यही हुंदा है भी उन्हां दा आपस विच तालमेल नहीं हुंदा ते ये तालमेल करन दे विच ये भूमिका निभाउंदा है सोशल मीडिया ये दी गल मन्नी जा सकदी है। एक गल पहलां होए गई वह यह है भी मीडिया के बराबर भी कई बार पैरल खड़ जाता है जिवें नानक शाह फकीर वाला मामला आया है ना जां मोदी की महिमा के बराबर मतलब सोशल मीडिया अपना एक जिहड़ा प्रवचन है वह बना दिंदा जो मान लो मीडिया नहीं दिखाउंदा वह दिखा दिंदा हुण जिवें पैरिस ते हमला होया सी ते सारे मीडिया ने पैरिस ते हमले नूं बहुत हाईलाइट किया पर सोशल मीडिया राही साढ़े कोल जानकारी पहुँची भी ये सीरिया ते की करदे ने भी जिहड़ा दूजा पक्ष है बिल्कुल ऑपोजिट पक्ष है सोशल मीडिया राही साढ़े कोल वह पहुँच जाता है ये काफ़ी महत्वपूर्ण गल है बेशक यह घट पहुँचदा पर यह बहुत महत्वपूर्ण गल है। अच्छा कई बार मतलब जे लोग लामबंद हो भी जा इनफॉर्मेशन सोशल मीडिया नाल कई बार हुकूमत नूं दब भी लैंदा जिवें एक तो नानक शाह फकीर वाला हो गया एक आ खसरे दे टीकियां वाले मामले में जे आपां वेखीए तो इस मामले में भी जिहड़ा इन्हें हुकूमत नूं दबण वाला जिहड़ा कम करिया ये मैनूं लगे जिहड़े सोशल मीडिया दे जिहड़े चंगे पक्ष ने पर इहदे क्रिटिकल पक्ष किहड़े ने जे असीं साडे वर्गियां दे नुक्ते तों लाईए एक तो पहली गल तो यही है भी ये आजाद ते खुल्ला भी ये आजाद ते खुला किन्ना का बेशक फतेह हरमीत सिंह होना ने परमजीत सिंह होना ने इहदे बारे गल करी है इहदा पहला जिहड़ा वड्डा चैलेंज है वह तो यह है भी असीं किस स्पेस ते खेड रहे हां असीं वैब स्पेस ते खेड रहे हां ते जिहड़ी वैब स्पेस है बेशक मतलब मेरा अकाउंट है उत्थे मैं उहदे ते जो मर्जी बोल सकदा पर जिहड़ी स्पेस है वह साडी नहीं है वह ग्राउंड है वह मैदान है वह मेरा नहीं है वैब स्पेस किसी होर दे हत्थ है वह जद मर्जी उहनूं संकोच सकदा जदों मर्जी जिहड़ा समां तां किसे दे धरातल ते खेडना जिवें हुण सरसे वाले केस विच पंजाब दे विच बंद होया जां बुरहानवानी वाले मामले दे विच कश्मीर दे विच सोशल मीडिया बंद होया वह कदों मर्जी उहनूं बंद कर सकदे ने मतलब एक तरीके नाल जिहड़ा जिहड़ा हत्थ है वह उहनां दा दूसरी धिर दा जो ताकतवर है वह उपर है। दूजी गल ये हाईली स्ट्रक्चर्ड है सानूं ऐं लगदा ना भी जो मर्जी आ जाए जिहड़ी गल अगे दसी भी तुसीं किहड़ियां पोस्टां रोकणियां ने ਕਿਹੜੀਆਂ ਪੋਸਟਾਂ ਪ੍ਰਮੋਟ ਕਰਨੀਆਂ ਨੇ ਮੰਨ ਲਓ ਤੁਹਾਡੇ ਕੋਲ ਪੈਸੇ ਨੇ ਤੁਸੀਂ ਕਿੱਡੀ ਇਹ ਨਿਕੰਮੀ ਪੋਸਟ ਹੈ ਜਿਹੜੀ ਉਹ ਉਸ ਨੂੰ ਜਿੰਨਾ ਮਰਜ਼ੀ ਵਧਾ ਸਕਦੇ ਹੋ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਤੁਸੀਂ ਲਾਓ ਪੈਸਾ ਅਤੇ ਉਹ ਪੈਸੇ ਨਾਲ ਪੋਸਟ ਹੈ ਜਿਹੜੀ ਉਹ ਜਾਂਦੀ ਹੈ ਅਤੇ ਖਾਤੇ ਡਿਲੀਟ ਕਰਨਾ ਜਾਂ ਉਹ ਜਿਹੜੀਆਂ ਆਪਸ਼ਨਾਂ ਨੇ ਉਹ ਬਹੁਤ ਹੋਰ ਤਰ੍ਹਾਂ ਦੀਆਂ ਨੇ।
फिर अगली गल जिहड़ी निगरानी रखदा तुहाडे ते, मैं जिहड़ा डाटा लिया, वह कहिंदे फेसबुक इज इक्वल टू ट्रेसबुक, है ना, गूगल एज सर्विलेंस मशीन, भी जिहड़ा गूगल है ये तुहाडी सारी दिहाड़ी निगरानी करदा, फेसबुक तुहानूं लभदा भी तुसीं कित्थे हो। तो हुण जिहड़ियां ये गल्लां ने इस इन्हां नुक्तियां तो असी एक तरीके नाल बस असी वैब इंप्रिजनमेंट विच भी हो जाने, असी खुले तो हाँ गल्लां कर ली पर एक तरह की वैब इंप्रिजनमेंट भी है कि असी दबे हुए हुण। कई बार मसला इस तरह का हो जाता भी जिहड़ी पावरफुल स्ट्रक्चर हुंदी है वह नवी घाट नवी चीज़ ही इस तरीके नाल लैके आउंदी है भी लोगों को लगता भी ये आज़ाद है, भी इह तां आज़ादी है, तां पहलां वाले दे जमा ही उल्ट है। हुण जे असी इहनूं थोड़ी जी बरीकी नाल जाके देखिए ਤਾਂ ਇਹ ਉਹੀ ਜਿਹੜਾ ਕੈਪੀਟਲਿਸਟਿਕ ਢਾਂਚਾ ਹੈ, ਹੈ ਨਾ, ਜਾਂ ਜਿਹੜਾ ਸਟੇਟਹੁੱਡ ਦਾ ਢਾਂਚਾ ਜਾਂ ਮੀਡੀਆ ਦਾ ਢਾਂਚਾ, ਉਹਦੀ ਕੰਟੀਨਿਊਟੀ ਵਿੱਚ ਆਉਂਦੀ ਹੈ ਇਹ। ਹੁਣ ਜਿਹੜਾ ਸੋਸ਼ਲ ਮੀਡੀਆ 'ਤੇ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਉੱਧਰ ਨੂੰ ਹੀ ਹੁੰਦੀ ਹੈ ਜਿੱਧਰ ਨੂੰ ਸਟੇਟ ਇੰਟਰਸਟ ਨੇ, ਜਿਹੜਾ ਐਂਟੀ ਸਟੇਟ ਇੰਟਰਸਟ ਦਾ ਜਿਹੜੀ ਡਿਵੈਲਪਮੈਂਟ ਹੈ ਉਹ ਸਿਰਫ ਪੈਰਲਲ ਮਤਲਬ ਉਸੇ ਵੇਲੇ 'ਤੇ ਉਸੇ ਥਾਂ 'ਤੇ ਰੌਲਾ ਰੂਲਾ ਪੈ ਕੇ ਖੜ੍ਹ ਜਾਂਦੀ ਹੈ। ਮੰਨ ਲਓ ਤੁਸੀਂ ਐਂਟੀ ਸਟੇਟ ਕਿੱਡਾ ਵੱਡਾ ਮੁੱਦਾ ਚੱਕ ਲਓ, ਉਹ ਥੋੜ੍ਹੇ ਦਿਨਾਂ ਬਾਅਦ ਉਹ ਡਿਲੀਊਟ ਹੋ ਜਾਂਦਾ। ਜਿਹੜੀ ਡਿਵੈਲਪਮੈਂਟ ਹੁੰਦੀ ਹੈ, ਮੰਨ ਲਓ ਅਗਾਂਹ ਤੁਰ ਰਿਹਾ ਜਿੱਥੇ ਸੋਸ਼ਲ ਮੀਡੀਆ, ਉਹ ਸਟੇਟ ਇੰਟਰਸਟ ਦੇ ਫੇਵਰ ਵਿੱਚ ਤੁਰ ਰਿਹਾ, ਕਿਤੇ ਮਾੜਾ ਮੋਟਾ ਤੁਰਦਾ ਹੋਊ ਅਤੇ ਆਪਾਂ ਕਿੰਨੇ ਫਿਰ ਵੀ ਮਤਲਬ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਸਟਰੋਂਗ ਹੋਏ ਹਾਂ। ਅਤੇ ਇਹ ਗੱਲਾਂ ਨੇ ਜਿਹੜੀਆਂ, ਅੱਛਾ ਇਹ ਸਪੇਸ ਆਪਾਂ ਨੂੰ ਮਿਲ ਕਿਉਂ ਜਾਂਦੀ ਹੈ, ਇਹ ਸਪੇਸ ਇਸ ਲਈ ਮਿਲ ਜਾਂਦੀ ਹੈ ਕਿਉਂਕਿ ਉਹ ਸਰਕਾਰ ਹੈ ਜਿਹੜੀ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਆਪਣੇ ਹੱਕ ਵਿੱਚ ਉਹਨੂੰ ਵਰਤਣਾ ਚਾਹੁੰਦੀਆਂ ਨੇ। ਹੁਣ ਉਹ ਕਿਵੇਂ ਵੀ ਵਰਤਦੀਆਂ ਨੇ, ਉਹ ਝੂਠ ਵਰਤਦੀਆਂ ਨੇ, ਸੱਚ ਵਰਤਦੀਆਂ ਨੇ। ਹੁਣ ਪਿਛਲੇ ਦਿਨੀ ਥੋੜ੍ਹੇ ਸਮਾਂ ਪਹਿਲਾਂ ਜੁਲਾਈ ਦੇ ਮਹੀਨੇ ਵਿੱਚ ਇੱਕ ਛਪੀ ਰਿਪੋਰਟ ਵੀ ਮੋਦੀ ਕੋਲ ਮੋਦੀ ਦੇ 2 ਲੱਖ ਜਿਹੜੇ ਟਵਿੱਟਰ 'ਤੇ ਫੇਕ ਫੋਲੋਅਰ ਸੀ, ਕੇਜਰੀਵਾਲ ਦੇ 90,000 ਅਤੇ 13,000 ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਹੁਲ ਗਾਂਧੀ, ਉਹਨਾਂ ਦੇ ਫੇਕ ਫੋਲੋਅਰ ਸੀ, ਉਹ ਟਵਿੱਟਰ ਕਹਿੰਦੇ ਅਸੀਂ ਡਿਲੀਟ ਕਰਦੇ ਹਾਂ ਅਸੀਂ ਉਹਨਾਂ ਨੂੰ। ਹੁਣ ਉਹ ਜਿਹੜੀ ਫੇਕ ਫੋਲੋਇੰਗ ਬਣਾਉਣੀ ਉਹਨਾਂ ਨੇ ਉਸ ਤਰ੍ਹਾਂ ਦੇ ਜਿਹੜੇ ਇੰਟਰਸਟ ਬਣਾਉਣੇ ਉਹ ਹੁਣ ਉਹਨਾਂ ਕੋਲ ਇੱਕ ਤਰੀਕੇ ਨਾਲ ਉਹਦਾ ਕਬਜ਼ਾ ਹੈ, ਅਤੇ ਉਸ ਕਬਜ਼ੇ ਵਿੱਚ ਅਸੀਂ ਕਿੰਨੀ ਕੁ ਆਜ਼ਾਦੀ ਸਮਝ ਸਕਦੇ ਹਾਂ ਆਪਣੇ ਆਪ ਨੂੰ ਬੋਲਣ ਦੀ, ਜਾਂ ਖੁੱਲ੍ਹ ਹੈ ਜਿਹੜੀ, ਅਤੇ ਉਹ ਆਜ਼ਾਦੀ ਜੇ ਮੰਨ ਲਓ ਵੀ ਅਸੀਂ ਐਂ ਕਹੀਏ ਵੀ ਅਸੀਂ ਭਾਰਤੀ, ਵੀ ਆਰ ਇੰਡੀਅਨ, ਇਹ ਮੰਨ ਕੇ ਤੁਸੀਂ ਜਿੰਨਾ ਮਰਜ਼ੀ ਉਹਨਾਂ ਖਿਲਾਫ਼ ਬੋਲ ਸਕਦੇ ਹੋ, ਮੋਦੀ ਨੂੰ ਗਾਲਾਂ ਕੱਢ ਲਓ, ਜਿਸ ਨੂੰ ਮਰਜ਼ੀ ਕੱਢ ਲਓ, ਪਰ ਮਤਲਬ ਤੁਸੀਂ ਇਹ ਉਸ ਸਟਰਕਚਰ ਦੇ ਵਿੱਚ ਆ ਜਾਓ ਕਿਰਾਂ, ਜੇ ਉਹ ਸਟਰਕਚਰ ਤੋਂ ਬਾਹਰ ਗੱਲ ਕਰਦੇ ਹੋ ਫਿਰ ਗੱਲ ਦੀ ਕੀ ਸਪੇਸ ਹੈ। ਫਿਰ ਇਹ ਦੋਵੇਂ ਨੁਕਤਿਆਂ ਦੇ ਵਿੱਚ ਫਰਕ ਹੈ। ਈਡੀਅਮ ਤੁਹਾਡਾ ਕੋਈ ਵੀ ਹੋ ਸਕਦਾ, ਤੁਸੀਂ ਹਾਈ ਈਡੀਅਮ 'ਚ ਬੋਲ ਸਕਦੇ ਹੋ, ਤੁਸੀਂ ਹੌਲੀ ਸਲੋ ਈਡੀਅਮ 'ਚ ਬੋਲ ਸਕਦੇ ਹੋ, ਹੈ ਨਾ। ਤੁਸੀਂ ਜਿਹੜੀ ਐਂਟੀ ਨੇਸ਼ਨ ਗੱਲ ਹੈ, ਜਿਹੜੀ ਭਾਰਤੀ ਰਾਸ਼ਟਰ ਦੇ ਜਾਂ ਉਹਨਾਂ ਦੇ ਓਪਰੈਸ਼ਨ ਦੇ ਖਿਲਾਫ਼ ਜਿਹੜੀ ਗੱਲ ਹੈ, ਉਹ ਚਾਹੇ ਕਿੰਨੀ ਹੀ ਨਰਮ ਟੋਨ 'ਚ ਕਰ ਲਓ, ਉਹ ਕਾਊਂਟੇਬਲ ਹੈ। ਅਤੇ ਜੇ ਤੁਸੀਂ ਭਾਰਤੀ ਬਣ ਕੇ ਭਾਰਤੀ ਮੰਨ ਕੇ ਜਿਹੜੀ ਗੱਲ ਕਰਦੇ ਹੋ, ਉਹ ਚਾਹੇ ਤੁਹਾਡੀ ਕਿੰਨੀ ਵਾਇਓਲੈਂਟ ਹੈ ਉਹ ਪ੍ਰਵਾਨ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ। ਅੱਛਾ ਇੱਕ ਅਗਲੀ ਗੱਲ ਇਹ ਹੈ ਵੀ ਦੁਨੀਆ ਭਰ ਦੇ ਵਿੱਚ ਨਵੇਂ ਜ਼ਮਾਨੇ ਵਿੱਚ ਇੱਕ ਰਾਈਟ ਮਿਲਿਆ ਬੋਲਣ ਦੀ ਆਜ਼ਾਦੀ ਦਾ, ਹੈ ਨਾ, ਜਿਹੜੇ ਮਨੁੱਖੀ ਅਧਿਕਾਰ ਨੇ। ਤਾਂ ਸੋਸ਼ਲ ਮੀਡੀਆ ਜਿਹੜਾ ਇਹ ਬੋਲਣ ਦੀ ਆਜ਼ਾਦੀ ਦਿੰਦਾ, ਤਾਂ ਜਿਹੜੀ ਮਾਡਰਨ ਸਟੇਟਹੁੱਡ ਹੈ ਇਹ ਪਹਿਲੀਆਂ ਦੇ ਮੁਕਾਬਲੇ, ਜਿਹੜੀਆਂ ਮੱਧਕਾਲੀ ਸਟੇਟਹੁੱਡ ਸੀ ਉਹਨਾਂ ਦੇ ਮੁਕਾਬਲੇ ਇਹਨਾਂ ਨੇ ਕੁਝ ਐਕਸਰਸਾਈਜ਼ ਕੀਤੀ। ਮੰਨ ਲਓ ਪਹਿਲਾਂ ਤਾਂ ਜਿਹੜਾ ਸਾਡੇ ਸਾਹਮਣੇ ਆਇਆ ਵੀ ਉਹ ਲੋਕਾਂ ਨੂੰ ਡੰਡੇ ਨਾਲ ਕਾਬੂ ਕਰਨ ਦੀ ਥਾਂ 'ਤੇ ਗਿਆਨ ਨਾਲ ਕਾਬੂ ਕਰਨ ਵਾਲੇ ਪਾਸੇ ਨੂੰ ਵਧੀ ਇਹ ਸਟੇਟਹੁੱਡ। ਦੂਜਾ, ਇਸ ਨੇ ਬੋਲਣ ਦੀ ਆਜ਼ਾਦੀ ਦਿੱਤੀ ਬੰਦੇ ਨੂੰ, ਤੁਸੀਂ ਬੋਲ ਸਕਦੇ ਹੋ, ਪਰ ਇਹ ਬੋਲਣ ਦੀ ਆਜ਼ਾਦੀ ਹੈ ਜਿਹੜੀ ਇਹਨੇ ਬੰਦੇ ਦੇ ਵਿੱਚ, ਬੰਦੇ ਦੇ ਸਰੀਰ ਅਤੇ ਬੋਲ ਦੇ ਵਿੱਚ ਫਰਕ ਪਾਇਆ। ਜਿਹੜੀ ਗੱਲ ਨਾਲ ਸਾਡਾ ਪਹਿਲਾਂ ਤੋਂ ਵਿਰੋਧ ਹੈ ਵੀ ਕਰਨੀ ਅਤੇ ਕਹਿਣੀ ਵਿਚਲਾ, ਇਹ ਸਟੇਟ ਨੇ ਤੁਹਾਡੀ ਕਰਨੀ 'ਤੇ ਤਾਂ ਪਾਬੰਦੀ ਹੈ, ਕਹਿਣੀ 'ਤੇ ਪਾਬੰਦੀ ਨਹੀਂ। ਤੁਸੀਂ ਕਰ ਨਹੀਂ ਸਕਦੇ, ਮੰਨ ਲਓ ਵੀ ਤੁਸੀਂ ਇਕੱਠੇ ਹੋ ਕੇ ਜਾਂ ਜਿਵੇਂ ਵੀ ਜਿਹੜੀਆਂ ਗੱਲਾਂ ਤੁਸੀਂ ਵਰਬਲ ਬੋਲ ਰਹੇ ਹੋ ਉਹ ਗੱਲਾਂ 'ਤੇ ਤੁਸੀਂ ਅਮਲ ਨਹੀਂ ਕਰ ਸਕਦੇ। ਉਸ ਤਰ੍ਹਾਂ ਤੁਸੀਂ ਅਮਲ ਕਰੋ ਤਾਂ ਤੁਹਾਡੇ 'ਤੇ ਸਟੇਟ ਦਾ ਜਿਹੜਾ ਰਿਐਕਸ਼ਨ ਆ ਉਹ ਹੋਰ ਤਰ੍ਹਾਂ ਦਾ ਹੋਵੇਗਾ। ਮੰਨ ਲਓ ਵੀ ਇੱਕ ਤਰੀਕੇ ਨਾਲ ਜਿਹੜਾ ਬੰਦੇ ਦੀ ਹੋਂਦ ਹੈ, ਬੰਦੇ ਦਾ ਸਰੀਰ ਹੈ, ਇਹ 2 ਭਾਗਾਂ ਵਿੱਚ ਵੰਡਿਆ ਗਿਆ, ਜਦਕਿ ਇਹ ਇੱਕ ਸੀ ਔਰ ਇੱਕ ਹੈ। ਸਿੱਖਾਂ ਲਈ ਤਾਂ ਇਹ ਗੱਲ ਬਿਲਕੁਲ ਹੀ ਉਲਟ ਹੈ ਨਾ, ਕਿਉਂਕਿ ਇੱਥੇ ਤਾਂ ਕਹਿਣੀ ਅਤੇ ਕਰਨੀ ਇੱਕ ਚਾਹੀਦੀ ਆ, ਤਾਂ ਉਹ ਕਹਿਣੀ ਅਤੇ ਕਰਨੀ ਦਾ ਜਿਹੜਾ ਚੱਕਰ ਹੈ ਉਹ ਵਧਾ ਦਿੱਤਾ। ਮਤਲਬ ਇੱਕ ਤਰੀਕੇ ਨਾਲ ਸਾਡੀ ਦੇਹ ਹੈ ਜਿਹੜੀ ਉਹ ਕੰਟਰੋਲ ਕਰ ਦਿੱਤੀ।
एक बहुत माड़ी कहावत है पंजाबी दी, वो नहीं मैं वरतांगा, तो वो इस ते बिल्कुल ढुकदी है। अच्छा, सोशल मीडिया जिहड़ा एक अगला जिहड़ा नैगेटिव सरोकार लगता मैनू वो ये है भी ये इंडिविजुअलाइज करता सानू, एक ऐ भी लगता ना भी लामबंदी करता इकट्ठे करता, पर इंडिविजुअलाइज भी करता किन्ना जोरदार तरीके नाल सानू ये इंडिविजुअलाइज करता उहदा सानू अंदाजा नहीं है। हुण सिखां दी वड्डी जिहड़ी संस्था वो संगत है, तो जदों असीं ये देखते हाँ ये सानू मतलब इनफॉर्मेशन दे लैवल ते इकट्ठे करता, पर कर्म दे लैवल ते असीं इकट्ठे नहीं होंदे। किन्ने क हुंदे आ उहदे बारे मैं बाद च गल करदा जां किस करके हुंदे आ। हुण जिहड़ी मॉडर्न स्टेटहुड है, मॉडर्न स्टेटहुड नूं ग्रुप की रैकग्निशन नालों, ग्रुप की आइडेंटिटी नालों इंडिविजुअल की आइडेंटिटी इंडिविजुअल के राइट बधेरे फिट ने। मेरे को एक बंदे ने फ्रांस के बारे गल करी, फ्रांस के जिहड़ा सिखां दा पग वाला मामला है, उहदे विच उन्होंने ये गल करी, वह कहिंदे भी द रिपब्लिक आलवेज रैकगनाइज इंडिविजुअल रादर दैन ग्रुप। ये गल लगभग मतलब कुछ थावां ते नहीं भी लागू हो सकती, पर बहुत थावां ते लागू है भी इंडिविजुअल दे राइट दे देवो पर उहदे ग्रुप वजों राइट ना होण। हुण इंडिविजुअल तौर पर तुसीं जिन्ना मर्जी बोल लो स्टेट के खिलाफ, पर ग्रुप वजों नहीं बोल सकते, मतलब ग्रुप वजों तुसीं कुछ कर नहीं सकते तुसीं उस लैवल ते जाके। हुण ये जिहड़ी इंडिविजुअलाइजेशन है ये धड़ियां दे रूप में भी सामने आई है, जिवें सिखां नूं तां इस मामले में कोई भुलेखा ही नहीं होना गल समझण दे मामले में भी किन्नी धड़ेबंदी हो गई। हुण जिहड़ा लोकतंत्र है, लोकतंत्र दे विच बंदा एक लोक है, पर जो सारे दा सारे दी ताकत है उत्थे किते, तां सारे दी ताकत उहदे विच स्टेट है। मतलब तुसीं सारे नहीं हो सकते स्टेट दे अगेंस्ट, स्टेट तुहाडे अगेंस्ट सारयां दे है, मतलब बंदा उत्थे सिर्फ कल्ला है। लोकतंत्र विच बंदे दी जिहड़ी आइडेंटिटी है इंडिविजुअल वजों रैकग्निशन है। ये संविधान भी तुसीं वेख लो जां जिहड़े ह्यूमन राइट्स ने तुसीं वो भी वेख लो, उन्हां सारयां विच ये गल दी पॉसिबिलिटी है। अच्छा, हुण जिहड़ा साडे सामने नवां चैलेंज आया भी हुण सोशल मीडिया ते चलो बंदे नूं खुल दे देनी चाहीदी है ना, भी बंदा जो गल करे जो उहदी इच्छा है, इन्नी क तां सोशल मीडिया दे सिधांत विच आ। पर हिंदुस्तान की सरकार है जिहड़ी वो सोशल मीडिया ते बंदे दा जिहड़ा इंडिविजुअल राइट है उहनूं भी काउंटर करदी है। हुणे बिल्कुल ताज़ी गल आ 23-24 जुलाई दी गल है, भी जिहड़ा हिंदुस्तान दा जिहड़ा जानकारी वाला महकमा मंत्री उन्हें वट्सएप नूं कहा भी तुसीं मतलब सानू ऐ दसो भी मैसेज का ओरिजिन कित्थों हुंदा, सानू ये जानकारी दिओ। तो वह वट्सएप ने तो उन्होंने इतराज़ ला दिता, उन्होंने जवाब दे दिता, पर ट्रिब्यून दे उदों 24 तरीक वाले दे अगले दे विच जिहड़ी ट्रिब्यून की संपादकी ट्रिब्यून नूं क्या लग्या, ट्रिब्यून वाले कहिंदे भी इंडिया हैज़ गिवन अ स्ट्रोंग मैसेज टू टैक्नोलॉजी जायंट्स कंट्रोलिंग सोशल मीडिया प्लेटफॉर्म फ्रॉम आउट ऑफ कंट्री लोकेशनज, इफ यू वॉन्ट टू ओपरेट इन द कंट्री यू मस्ट रिस्पैक्ट द ला ऑफ लैंड। हुण जिहड़ा ला ऑफ लैंड है उहदे पैंतड़े तो वो ला ऑफ लैंड मतलब स्टेटहुड का ला ऑफ लैंड, तो वह उस नुकते तो कहिंदे ने भी जिहड़ा इत्थे इंडिविजुअल का भी राइट आ वह भी असीं देना की है, अपनी मर्जी वालों वजों वह खुला नहीं हैगा। हुण इहदे ते उन्हां दा जिहड़ा मूल तर्क की है भी ये इंडिविजुअल राइट असीं रोकना क्यों चाहुंदे आ, मूल तर्क उन्हां दा हैगा, वह कहिंदे जी अफवाहां बहुत फैलदियां भी अफवाहां नाल नुकसान हुंदा, पर तुसीं मतलब तुहानूं पता होगा भी जद कि सरकार दा एक बहुत स्ट्रोंग महकमा अफवाह महकमा, मतलब सरकार खुद अफवाहां जनरेट करदी है ना, वो अफवाहां किस तरह दियां ने, ते लोक दी अफवाह ते जे लोकां वल्लों कोई गल इस तरह की पैदा हुंदी है उस ते किस तरह की पाबंदी है, मतलब करैक्टर दी जिहड़ी इंडिविजुअल अपने ड्यूअलिटी है वो देखो तुसीं। हुण इस नुक्ते तो एक गल बड़ी सामने आउंदी आ साफ भी इत्थे जिहड़ी आज़ादी है वह सरकार की आज़ादी है, लोगों की आज़ादी नहीं। पिछे जे मनमोहन सिंह ने पंजाब यूनिवर्सिटी चंडीगढ़ में मोदी के खिलाफ कही सी, वो कहिंदे भी लोकतंत्र का मतलब ये नहीं भी लोगों की अपने सरकार की आज़ादी, लोकतंत्र का मतलब हुंदा लोगों की आज़ादी। मनमोहन सिंह की गल बिल्कुल ठीक है, पर यह गल कल मोदी के राज के प्रसंग में नहीं, ये कांग्रेस के राज भी उन्नी ठीक है भी बेशक कही उन्होंने ठीक है, ये गल का असी उन्हों का
ਅੰਦਾਜ਼ਾ ਲਾ ਸਕਦੇ ਦੋਵਾਂ ਤੋਂ ਸੱਚ ਆ। ਅੱਛਾ, ਇੱਕ ਗੱਲ ਜਿਹੜੀ ਪਹਿਲਾਂ ਹੋ ਚੁੱਕੀ ਵੀ ਵੇਖਣ ਨੂੰ ਇਹ ਪਾਰਟੀਸਪੇਟਰੀ ਲੱਗਦਾ ਹੈ, ਵੀ ਪਾਰਟੀਸਪੇਟਰੀ ਹੈ ਨਾ, ਵੀ ਅਸੀਂ ਸਾਰੇ ਜਣੇ ਹਿੱਸਾ ਲੈ ਸਕਦੇ ਹਾਂ, ਪਰ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਵਪਾਰ ਵੀ ਹੈ। ਇਹ ਵਪਾਰ ਜਿਹੜਾ ਮਤਲਬ ਵੱਡੇ ਜਿਹੜੇ ਕਾਰਪੋਰੇਟ ਮੀਡੀਆ ਚੇਨਜ਼ ਨੇ ਉਹਨਾਂ ਵੱਲੋਂ ਚਲਾਇਆ ਜਾਂਦਾ ਹੈ ਨਾ, ਉਹਨਾਂ ਦਾ ਇਹਦੇ ਉੱਤੇ ਕਬਜ਼ਾ। ਬੇਸ਼ੱਕ ਇਹਦੇ 'ਤੇ ਰੁਜ਼ਗਾਰ ਵੀ ਕਿੰਨਾ ਮਿਲਦਾ, ਪਰ ਇਹਨੇ ਮਾਰਕੀਟਿੰਗ ਦੇ ਵਿੱਚ, ਮੰਡੀ ਦੇ ਵਿੱਚ ਬਹੁਤ ਵਾਧਾ ਕੀਤਾ। ਮੰਡੀ ਦੇ ਕਿੰਨਾ ਫਿੱਟ ਹੈ ਇਹਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਹੈ ਨਾ। ਮਤਲਬ ਮੀਡੀਆ ਦੇ ਇੱਕ ਧਰਮਾਂ ਵਿੱਚੋਂ ਸਭ ਤੋਂ ਵੱਡਾ ਧਰਮ ਹੈ ਵੀ ਮੰਡੀ ਦਾ ਵਧਾਰਾ ਕਰਨਾ ਹੈ ਨਾ, ਸਟੇਟ ਦਾ ਪੱਖ ਪੂਰਨਾ ਜਾਂ ਮੰਡੀ ਦਾ ਵਧਾਰਾ ਕਰਨਾ। ਇੱਕ ਗੱਲ ਜਿਹੜੀ ਆਪਾਂ ਮੈਂ ਪਹਿਲਾਂ ਹੀ ਕਰੀ ਹੈ ਵੀ ਇਹ ਲਾਮਬੰਦੀ ਆਪਾਂ ਕਰ ਲੈਂਦੇ ਹਾਂ ਸੋਸ਼ਲ ਮੀਡੀਆ 'ਤੇ ਹੈ ਨਾ, ਜਿਵੇਂ ਆਪਾਂ ਨਾਨਕ ਸ਼ਾਹ ਫਕੀਰ ਦੇ ਮਾਮਲੇ ਵਿੱਚ ਕਰ ਲਈ ਜਾਂ ਕੁਝ ਥਾਵਾਂ 'ਤੇ ਹੋਰ ਕਰ ਲਈ। ਇਹ ਕਿਉਂ ਹੋ ਗਈ ਹੈ ਨਾ, ਜਦਕਿ ਸੋਸ਼ਲ ਮੀਡੀਆ ਜਿਹੜੀ ਗੱਲ ਮੈਂ ਪੇਸ਼ ਕਰ ਰਿਹਾ, ਮੈਂ ਤਾਂ ਇਹ ਦੱਸ ਰਿਹਾ ਵੀ ਸੋਸ਼ਲ ਮੀਡੀਆ ਕਾਫੀ ਮਾੜਾ। ਹੁਣ ਇਹ ਲਾਮਬੰਦੀ ਕਿਉਂ ਹੋ ਗਈ? ਮੈਨੂੰ ਲੱਗਦਾ ਵੀ ਇਹ ਲਾਮਬੰਦੀ ਇਸ ਕਰਕੇ ਹੋ ਗਈ ਵੀ ਅਸੀਂ ਅਜੇ ਟ੍ਰਾਂਜੀਸ਼ਨਲ ਪੀਰੀਅਡ 'ਚ ਹਾਂ, ਅਸੀਂ ਅਜੇ ਸੋਸ਼ਲ ਮੀਡੀਆ ਫੜਿਆ ਹੀ ਆ ਜਸਟ, ਕਿਉਂਕਿ ਸਾਡੇ ਵਿੱਚ ਜਿਹੜਾ ਕੰਮ ਕਰਨ ਦਾ ਤਰੀਕਾ ਤੌਰ ਜਿਹੜੇ ਉਹ ਸਾਡੇ ਸਾਰੇ ਪਿੰਡਾਂ ਵਾਲੇ ਜਾਂ ਪੰਜਾਬ ਵਾਲੇ ਐਕਸ਼ਨ ਵਾਲੇ ਨੇ। ਹੁਣ ਐਕਸ਼ਨ ਵਾਲੇ ਨੇ, ਐਕਸ਼ਨ ਅਤੇ ਇਨਫੋਰਮੇਸ਼ਨ ਇੱਥੇ ਇਸ ਪੜਾਅ 'ਤੇ ਇਕੱਠੀਆਂ ਨੇ। ਹੁਣ ਸਾਡੀ ਅਗਲੀ ਪੀੜ੍ਹੀ ਦਾ ਹਾਲ ਦੇਖਿਓ ਤੁਸੀਂ, ਜਿਹੜੀਆਂ ਸਾਤੋਂ ਬਾਅਦ ਆਉਣੀਆਂ ਨੇ, ਜਿਹੜੀਆਂ ਪੀੜ੍ਹੀਆਂ ਸੋਸ਼ਲ ਮੀਡੀਆ ਦੀ ਪ੍ਰੋਡਕਟ ਹੋਣਗੀਆਂ। ਹੁਣ ਅਸੀਂ ਸੋਸ਼ਲ ਮੀਡੀਆ ਦੇ ਪ੍ਰੋਡਕਟ ਨਹੀਂ ਹਾਂ, ਰੋਲ ਉਂਝ ਅਸੀਂ ਵਰਤਦੇ ਹਾਂ ਹੈ ਨਾ, ਪ੍ਰੋਡਕਟ ਦਾ ਅਸੀਂ ਕਿਸੇ ਹੋਰ ਧਿਰਦੇ ਹਾਂ, ਹੋਰ ਥਾਂ ਦੇ ਪ੍ਰੋਡਕਟਾਂ। ਉਹ ਦੋ ਪ੍ਰੋਡਕਟ ਰਲਣ ਕਰਕੇ ਸਾਡਾ ਜਿਹੜਾ ਐਕਸ਼ਨ ਆ ਉਹ ਬਹੁਤ ਸਟਰੋਂਗ ਹੋ ਗਿਆ। ਅਸੀਂ ਮਤਲਬ ਸਰਕਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਨਫੋਰਮੇਸ਼ਨ ਜਨਰੇਟ ਕਰਕੇ ਕਈ ਵਾਰੀ ਮਤਲਬ ਦੱਬ ਲੈਂਦੇ ਹਾਂ, ਪਰ ਅਜੇ ਸਰਕਾਰ ਝੱਲ ਰਹੀ ਆ ਸਾਨੂੰ, ਕਿਉਂਕਿ ਇਸ ਤੋਂ ਬਾਅਦ ਜਿਹੜੀਆਂ ਸਾਡੀਆਂ ਪੀੜ੍ਹੀਆਂ ਆਉਣੀਆਂ ਨੇ ਉਹ ਬਿਲਕੁਲ ਕਮਜ਼ੋਰ ਆਉਣਗੀਆਂ। ਇਸ ਗੱਲ ਦੀ ਇਨਫੋਰਮੇਸ਼ਨ ਇੱਕ ਹੋਰ ਆਪਾਂ ਪ੍ਰਮਾਣਿਕ ਨੁਕਤੇ ਤੋਂ ਵੇਖ ਸਕਦੇ ਹਾਂ। ਜਿਹੜੇ ਬੰਦੇ ਇੱਥੋਂ ਅਮਰੀਕਾ ਗਏ ਸੀ ਪਹਿਲਾਂ, ਉਹਨਾਂ ਨੂੰ 2001 ਤੱਕ 100 ਸਾਲ ਹੋ ਗਿਆ ਸੀ ਲਗਭਗ, ਜਦ ਉੱਥੇ ਹਮਲਾ ਹੋਇਆ ਅਮਰੀਕਾ ਦੇ ਵਿੱਚ, ਤਾਂ ਉੱਥੇ ਸਿੱਖ ਕਈ ਮਾਰ ਦਿੱਤੇ ਉਹਨਾਂ ਨੇ, ਮਤਲਬ ਗਲਤ ਪਛਾਣ ਦੇ ਭੁਲੇਖੇ ਨਾਲ ਹੈ ਨਾ, ਵੀ ਇਹ ਟੈਰੋਰਿਸਟ ਨੇ। ਤਾਂ ਜਿਹੜੇ ਸਿੱਖ ਸੀ, ਸਿੱਖਾਂ ਨੇ ਉੱਥੇ ਝੰਡੇ ਲੈ ਕੇ ਖੜ੍ਹੇ, ਉਹ ਕਹਿੰਦੇ ਵੀ ਆਰ ਸਿੱਖ ਅਮੈਰੀਕਨ, ਵੀ ਆਰ ਵਿਦ ਅਮੈਰੀਕਾ, ਉਹਨਾਂ ਨੇ ਇਹ ਝੰਡੇ ਲੈ ਕੇ ਖੜ੍ਹੇ ਵੀ ਅਸੀਂ ਅਮਰੀਕਾ ਦੇ ਨਾਲ ਹਾਂ। ਪਰ ਦੂਜੇ ਪਾਸੇ ਤੁਸੀਂ ਮੁਕਾਬਲਾ ਦੇਖੋ, ਜਦੋਂ ਆਸਟ੍ਰੇਲੀਆ ਦੇ ਵਿੱਚ ਸਿੱਖਾਂ 'ਤੇ ਹਮਲੇ ਹੋਣ ਲੱਗੇ ਮੁੰਡਿਆਂ 'ਤੇ, ਤਾਂ ਸਿੱਖ ਮੁੰਡਿਆਂ ਨੇ ਉਲਟਾ ਉਹਨਾਂ ਨੂੰ ਕੁੱਟਿਆ, ਜਿਹੜੇ ਗੋਰੇ ਉਹਨਾਂ 'ਤੇ ਹਮਲਾ ਕਰਨ ਆਏ ਸੀ ਉਹਨਾਂ ਨੇ ਸਿੱਖ ਮੁੰਡਿਆਂ ਨੇ ਉਹਨਾਂ ਨੂੰ ਕੁੱਟਿਆ। ਕਿਉਂ ਕੁੱਟਿਆ? ਕਿਉਂਕਿ ਢਾਂਚੇ 'ਚ ਤਾਂ ਉਸ 'ਚ ਪਹੁੰਚ ਗਏ, ਅਜੇ ਗਏ ਇੱਥੋਂ ਸੀ, ਤਾਜ਼ੇ ਤਾਜ਼ੇ ਸਾਰੀਆਂ ਵੈਲਿਊਜ਼ ਇੱਥੋਂ ਦੀਆਂ ਸੀ ਵੀ ਐਂ ਬੰਦਾ ਸਾਨੂੰ ਕੋਈ ਕੁਝ ਕੀ ਕਹਿ ਜਾਵੇ। ਜਦੋਂ ਉਹ ਅਮੈਰੀਕਾ ਵਾਲੇ, ਹੁਣ ਉਹਨਾਂ ਦੇ 100 ਸਾਲ ਵੇਖੋ, ਉਹ 100 ਸਾਲ ਦੇ ਵਿੱਚ ਉਹ ਇਨਸਾਫ ਮਤਲਬ ਝੰਡਾ ਚੱਕ ਕੇ ਮੰਗਦੇ ਨੇ, ਇਹਨਾਂ ਨੇ ਮੌਕੇ 'ਤੇ ਇਨਸਾਫ ਕਰ ਦਿੱਤਾ। ਇੱਕ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਜਿਹੜਾ ਅਸੀਂ ਐਕਸ਼ਨ ਕਰ ਰਹੇ ਹਾਂ ਜਾਂ ਜਿਹੜੇ ਅਸੀਂ ਅਜੇ ਇਕੱਠੇ ਹੋ ਰਹੇ ਹਾਂ, ਉਹ ਮੈਨੂੰ ਮੇਰੀ ਜਿਹੜੀ ਪਰਸੈਪਸ਼ਨ ਆ ਉਹ ਇਸ ਵਿੱਚੋਂ ਆ ਵੀ ਅਸੀਂ ਅਜੇ ਟ੍ਰਾਂਜੀਸ਼ਨਲ ਪੀਰੀਅਡ 'ਚ ਹਾਂ ਇਸ ਕਰਕੇ। ਅੱਛਾ, ਹੋਰ ਇਹਦਾ ਇੱਕ ਬੜਾ ਵੱਡਾ ਮਾੜਾ ਅਸਰ ਲੱਗਿਆ ਮੈਨੂੰ ਵੀ ਬੇਲੋੜੀਆਂ ਰਸਮਾਂ ਬਹੁਤ ਆ ਗਈਆਂ, ਖਾਸ ਕਰ ਜਿਹੜੀਆਂ ਸਾਡੇ ਸੱਭਿਆਚਾਰ ਦੇ ਅਨੁਕੂਲ ਏ ਨਹੀਂ, ਜਿਹੜੀਆਂ ਮੇਲ ਏ ਨਹੀਂ ਖਾਂਦੀਆਂ ਹੈ ਨਾ। ਜਿਵੇਂ ਕਰਵਾ ਚੌਥ ਆ, ਜਿਵੇਂ ਅੱਜ ਵਾਲਾ ਤਿਉਹਾਰ ਆ ਰੱਖੜੀਆਂ ਹੈ ਨਾ, ਅਤੇ ਕਿਆ ਇਹਨਾਂ ਦਾ ਵਧਾਰਾ ਹੋਇਆ, ਕਿੰਨਾ ਕਿੰਨੀ ਚਰਚਾ ਹੋ ਰਹੀ ਆ। ਅਤੇ ਹੁਣ ਇੱਕ ਤਰੀਕੇ ਨਾਲ ਇਹ ਮਤਲਬ ਜੀਵਨ ਨੂੰ ਜਸ਼ਨ ਬਣਾ ਦਿੱਤਾ ਹੈ ਨਾ, ਜੀਵਨ ਨੂੰ ਜਸ਼ਨ, ਜੀਵਨ ਭੋਗ ਹੈ। ਹੁਣ ਭੋਗ ਦੇ ਮੁਤਾਬਕ ਜੇ ਜੀਵਨ ਬਣਾ ਦਿੱਤਾ ਤਾਂ ਸਿੱਖੀ 'ਤੇ ਤਾਂ ਬਿਲਕੁਲ ਉਲਟਾ ਉਹ ਗੱਲ ਨਿਰੋਲ, ਅਤੇ ਉਹ ਮੰਡੀ ਦੇ ਬਿਲਕੁਲ ਫਿੱਟ ਹੈ ਇਹ ਗੱਲ। ਇੱਕ ਗੱਲ ਕਰ ਲਾਂ, ਇੱਕ ਦੋ ਗੱਲਾਂ ਹਾਂ, ਅਤੇ ਇੱਕ ਗੱਲ ਇਹ ਆ ਵੀ ਇਹਦੇ 'ਤੇ ਚਰਚਾ ਕਿਹੋ ਜਿਹੀ ਹੁੰਦੀ ਆ। ਹੁਣ ਜਿਹੜੀ ਚਰਚਾ, ਚਰਚਾ ਬਾਹਲੀ ਮਾੜੀ ਹੈ। ਜਿਵੇਂ ਹੁਣ ਪੰਜਾਬ ਦੇ ਵਿੱਚ, ਹਾਲਾਂਕਿ ਗੱਲਾਂ ਕੁਝ ਗੱਲਾਂ ਸੱਚੀਆਂ ਨੇ ਹੈ ਨਾ, ਵੀ ਪੰਜਾਬ ਨਸ਼ਿਆਂ ਨੇ ਖਾ ਲਿਆ, ਪੰਜਾਬ ਦੀ ਖੇਤੀ ਖਤਮ ਹੋ ਗਈ, ਅਤੇ ਇਹ ਸਾਰਾ ਕੁਝ ਮਤਲਬ ਜਿੰਨੀ ਚਰਚਾ ਹੋ ਰਹੀ ਆ ਉਹ ਸਾਡੇ ਬਾਰੇ ਨਾ ਵਾਚੀ ਹੋ ਰਹੀ ਆ। ਮੇਰੇ ਕੋਲ ਇੱਕ ਰੈਫਰੈਂਸ ਹੈ, ਇੱਕ ਕਿਤਾਬ ਹੈ ਪੈਡਾਗੋਗੀ ਆਫ ਦਾ ਪ੍ਰੈਸਿਡ ਪਾਲੀਓ ਫਰੈਰੀ ਦੀ, ਉਹਦੇ ਵਿੱਚ ਉਹ ਇੱਕ ਹਵਾਲਾ ਦਿੰਦਾ, ਉਹ ਕਹਿੰਦਾ ਵੀ ਇੱਕ ਮੀਟਿੰਗ ਦੇ ਵਿੱਚ ਇੱਕ ਕਿਸਾਨ ਜਿਹੜਾ ਆਗੂ ਆ ਉਹ ਕੀ ਕਹਿੰਦਾ ਵੀ ਸਰਕਾਰ ਉਹਨਾਂ ਬਾਰੇ ਗੱਲ ਕਿਵੇਂ ਕਰਦੀ ਆ।
ਉਹ ਸਰਕਾਰ ਬਾਰੇ ਕਹਿ ਰਿਹਾ ਉਹ ਕਿਸਾਨ ਆਗੂ, ਉਹ ਕਹਿੰਦਾ ਦੇ ਯੂਜ਼ ਇਟ ਟੂ ਸੇ ਵੀ ਆਰ ਅਨਪ੍ਰੋਡਕਟਿਵ ਬਿਕੋਜ਼ ਵੀ ਆਰ ਲੇਜ਼ੀ ਐਂਡ ਡਰੰਕਯਾਰਡ ਆਲ ਲਾਈਜ਼, ਸਾਰਾ ਕਹਿੰਦਾ ਝੂਠ ਆ ਇਹ। ਨਾਓ ਦੈਟ ਵੀ ਆਰ ਰਿਸਪੈਕਟਿਡ ਐਜ਼ ਮੈਨ, ਵੀ ਆਰ ਗੋਇੰਗ ਟੂ ਸ਼ੋ ਐਵਰੀ ਵਨ ਦੈਟ ਵੀ ਆਰ ਨੈਵਰ ਡਰੰਕਯਾਰਡ ਔਰ ਲੇਜ਼ੀ, ਵੀ ਆਰ ਐਕਸਪਲਾਈਟਡ। ਹੁਣ ਜਿਹੜੀ ਗੱਲ ਹੈ ਵੀ ਆਰ ਐਕਸਪਲਾਈਟਡ, ਵੀ ਆਰ ਅਪਰੈਸਡ, ਜਿਹੜਾ ਸਟੇਟ ਦਾ ਓਪਰੈਸ਼ਨ ਹੈ ਸਟੇਟ ਕਰਕੇ ਕਿਵੇਂ ਹੋ ਰਿਹਾ, ਉਹਦੇ ਬਾਰੇ ਗੱਲ ਨਹੀਂ ਹੋ ਰਹੀ, ਜਾਂ ਉਹਦੇ ਬਾਰੇ ਜਿੱਥੋਂ ਗੱਲ ਤੁਰਦੀ ਆ ਉੱਥੇ ਹੀ ਦੱਬ ਜਾਂਦੀ ਆ, ਜਿਵੇਂ ਪਰਮਜੀਤ ਸਿੰਘ ਹੁਣਾਂ ਦੱਸੀ ਆ ਵੀ ਜਿੱਥੋਂ ਗੱਲ ਤੋਰੀ ਉਦੋਂ ਥੋੜ੍ਹੀ ਦੂਰ ਜਾ ਕੇ ਹੀ ਡਿੱਗ ਪਈ। ਪਰ ਜਿਹੜੀਆਂ ਗੱਲਾਂ ਇਸ ਤਰ੍ਹਾਂ ਦੀਆਂ ਨੈਗੇਟਿਵਿਟੀਜ਼ ਦੇ ਨੇ ਵੀ ਨਸ਼ੇ ਨੇ ਖਾ ਲਿਆ ਪੰਜਾਬ, ਪੰਜਾਬ ਦਾ ਇਹ ਮੰਦਾ ਹਾਲ ਹੋ ਗਿਆ, ਅਤੇ ਉਹ ਬਹੁਤ ਚੱਲਦੀਆਂ ਨੇ। ਇੱਕ ਹੋਰ ਜਿਹੜਾ ਬਹੁਤ ਅਹਿਮ ਪੱਖ ਹੈ, ਨੈਗੇਟਿਵ ਪੱਖ ਉਹ ਸੋਸ਼ਲ ਮੀਡੀਆ ਦਾ ਇਹ ਹੈ ਵੀ ਇਹਨੇ ਜੀਵਨ ਸ਼ੈਲੀ 'ਤੇ ਬਹੁਤ ਮਾੜਾ ਅਸਰ ਪਾਇਆ। ਹੁਣ ਆਲਸੀ ਬੰਦੇ ਬਣਾ ਦਿੱਤੇ, ਵਰਬਲ ਵਾਇਲੈਂਸ ਬਹੁਤ ਜ਼ਿਆਦਾ ਹੋ ਗਈ, ਹੈ ਨਾ। ਹੁਣ ਝੂਠ ਸੱਚ ਹੈ ਜਿਹੜਾ, ਝੂਠੇ ਫੈਕਟ, ਅਤੇ ਮਤਲਬ ਫਿਜ਼ੀਕਲ ਐਬਸੈਂਸ ਬੰਦੇ ਦੀ, ਹੁਣ ਬੰਦਾ ਉਂਝ ਤਾਂ ਬੈਠਾ ਬਿਸਤਰੇ 'ਚ ਬੈਠਾ, ਹੈ ਨਾ, ਇਨਫੋਰਮੇਸ਼ਨ ਦੇਈ ਜਾ ਰਿਹਾ, ਪਰ ਜਿਹੜੀ ਉਹਦੀ ਫਿਜ਼ੀਕਲ ਐਬਸੈਂਸ ਹੈ ਉਹ ਬੰਦੇ ਨੂੰ, ਜਿਹੜੀ ਗੱਲ ਆ ਭਾਅ ਜੀ ਹਰਮੀਤ ਸਿੰਘ ਉਹਨਾਂ ਨੇ ਕਰੀ ਆ ਵੀ ਬੰਦੇ ਦੇ ਕਰੈਕਟਰ ਦਾ ਫਾਸਲਾ ਹੋ ਗਿਆ, ਅਤੇ ਉਹ ਕਰੈਕਟਰ ਦਾ ਫਾਸਲਾ ਖੜ੍ਹਾ ਕਰਦੀ ਹੈ। ਹੁਣ ਬੰਦਾ ਇਨਫੋਰਮੇਸ਼ਨ ਉੱਥੋਂ ਜਨਰੇਟ ਕਰੀ ਜਾ ਰਿਹਾ ਜਿਹੜੀਆਂ ਗੱਲਾਂ, ਅਤੇ ਉਹ ਆਪ ਬਿਲਕੁਲ ਵੀ ਪਹਿਰਾ ਨਹੀਂ ਦਿੰਦਾ। ਹੁਣ ਉਹ ਜਿਹੜੀ ਫਿਜ਼ੀਕਲ ਐਬਸੈਂਸ ਹੈ ਬੰਦੇ ਦੀ ਵੀ ਉਹਨੂੰ ਕੋਈ ਨਹੀਂ ਦੇਖ ਰਿਹਾ, ਤਾਂ ਉਹ ਚੋਰ ਬਣਾ ਸਕਦੀ ਹੈ ਬੰਦੇ ਨੂੰ। ਹੁਣ ਬਹੁਤੇ ਬੰਦੇ ਚੋਰ ਕਿਉਂ ਨਹੀਂ ਹੈਗੇ ਦੁਨੀਆ ਦੇ ਵਿੱਚ, ਕਿਉਂਕਿ ਆਲੇ ਦੁਆਲੇ ਸਾਰੇ ਲੋਕ ਤੁਹਾਨੂੰ ਦੇਖਦੇ ਨੇ। ਇੱਕ ਇਹ ਵੀ ਇੱਕ ਜਿਹੜਾ ਇਹਦਾ ਪੱਖ ਹੈ, ਮਤਲਬ ਬੰਦਿਆਂ ਨੂੰ ਇਨਸੈਂਸਿਟਿਵ ਬਹੁਤ ਬੁਰੀ ਤਰ੍ਹਾਂ ਬਣਾ ਦਿੱਤਾ, ਫੋਟੋਆਂ ਖਿੱਚ ਖਿੱਚ ਕੇ ਬੰਦੇ ਪਤਾ ਨਹੀਂ ਕਿਹੜੇ ਮੌਕੇ ਕੀ ਪਾ ਲੈਣ, ਤਾਂ ਅੱਗ ਲੱਗੀ ਦੀ ਫੋਟੋ ਖਿੱਚ ਕੇ ਪਾ ਸਕਦੇ ਨੇ ਤੁਹਾਨੂੰ, ਹੈ ਨਾ, ਬੰਦੇ ਨੂੰ ਉੱਤੇ ਕੁੱਟ ਪਈ ਜਾ ਰਹੀ ਆ ਉਹਦੀ ਫੋਟੋ ਖਿੱਚ ਕੇ ਪਾ ਸਕਦੇ ਨੇ, ਅਤੇ ਬੰਦੇ ਇਹ ਨਹੀਂ ਦੇਖਦੇ ਵੀ ਸਾਨੂੰ ਕੀ ਕਰਨ ਦੀ ਲੋੜ ਹੈ, ਅਤੇ ਇਹ ਕੁਝ ਦਿੱਕਤਾਂ ਨੇ। ਫਿਰ ਅਖੀਰਲੀ ਜਿਹੜੀ ਗੱਲ ਹੈ ਵੀ ਅਸੀਂ ਕੀ ਕਰ ਸਕਦੇ ਹਾਂ ਇਸ ਮਾਮਲੇ 'ਤੇ, ਜਾਂ ਸਾਡੇ ਕੋਲ ਇਹਨਾਂ ਗੱਲਾਂ ਦਾ ਸਿੱਟਾ ਕੀ ਨਿਕਲਦਾ। ਅਤੇ ਪਹਿਲਾਂ ਤਾਂ ਮਸਲਾ ਇਹੀ ਹੈ ਵੀ ਜੇ ਕੋਈ ਓਪਰੈਸਰ ਨੇ ਜਾਂ ਜਿਹੜੀ ਤਾਕਤਵਰ ਧਿਰਾ ਹੈ, ਜੇ ਉਸ ਨੇ ਤੁਹਾਨੂੰ ਕੋਈ ਢਾਂਚਾ ਬਣਾ ਕੇ ਦਿੱਤਾ ਹੈ, ਤਾਂ ਉਹ ਢਾਂਚੇ ਤੋਂ ਮੁਕਤੀ ਦੀ ਆਸ ਅਤੇ ਸੰਘਰਸ਼ ਦੀ ਆਸ ਵੀ, ਉਹ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਖੜ੍ਹ ਜੂ, ਇਹਦੀ ਬਹੁਤ ਘੱਟ ਪੋਸੀਬਿਲਿਟੀ ਹੁੰਦੀ ਹੈ। ਕੁਝ ਥਾਵਾਂ 'ਤੇ ਅਸੀਂ ਕਰ ਲੈਂਦੇ ਹਾਂ ਲਾਮਬੰਦੀ, ਹੈ ਨਾ, ਜਿਵੇਂ ਪ੍ਰੋਫੈਸਰ ਜੋਗਾ ਸਿੰਘ ਹੋਣੀ ਲੱਗੇ ਹੋਏ ਨੇ ਵੀ ਅਸੀਂ ਲਿੰਗੁਇਸਟਿਕ ਲੈਵਲ 'ਤੇ ਲਿੰਗੁਇਸਟਿਕ ਇੰਪੀਰੀਅਲਿਜ਼ਮ ਦੇ ਖਿਲਾਫ਼ ਲਾਮਬੰਦੀ ਕਰ ਲਈ, ਪਰ ਇਹ ਜਿਹੜਾ ਓਪਰੈਸਰ ਦਾ ਢਾਂਚਾ ਬਣਾਇਆ ਹੋਇਆ ਉਹਦੇ ਬਾਰੇ ਸਦਾ ਹੀ ਕ੍ਰਿਟੀਕਲ ਰਹਿਣਾ ਚਾਹੀਦਾ ਵੀ ਇਹ ਸਾਡੇ ਨਾਲ ਕਿੱਥੋਂ ਤੱਕ ਨਿਭ ਸਕਦਾ। ਦੂਜੀ ਗੱਲ, ਜੇ ਅਸੀਂ ਮਾੜਾ ਮੋਟਾ ਕਰ ਸਕਦੇ ਹਾਂ ਤਾਂ ਅਸੀਂ ਆਪਣੀ ਭਾਸ਼ਾ ਸੱਭਿਆਚਾਰ ਨੂੰ ਮਾੜਾ ਮੋਟਾ ਬਚਾ ਸਕਦੇ ਹਾਂ, ਜਾਂ ਜਿਹੜੀਆਂ ਸਾਡੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਅਸੀਂ ਟ੍ਰੈਡੀਸ਼ਨ ਨਾਲ ਜੋੜ ਸਕਦੇ ਹਾਂ। ਜੇ ਅਸੀਂ ਇੱਥੇ ਜੋੜ ਲਈਏ ਇੰਨਾ ਕੁ, ਤਾਂ ਉਹ ਬੜਾ ਭਲਾ ਹੋਵੇਗਾ। ਚਲੋ, ਇੰਨੀਆਂ ਕੁ ਗੱਲਾਂ ਨੇ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।